الرحمن الرحیم اللہم کن ولیک الحجت ابن الحسن صلواتک علیہ وعلا آبائہ فی ہذہ الساعۃ وفی کل ساعۃ ولیا وحافظا وقائدا وناصرا ودلیلا وعینا حتی تسکنہ ارضک طوعا وتمتعہ فیہا طویل یا مدبر الامور یا باعث من فی القبور یا مجری البحور یا ملین الحدید لداود علیہ السلام یا کاشف الکرب عن وجہ الحسین اکشف کربی و کرب المومنین بحق اخیق الحسین علیہ السلام اللہم صلی علی محمد و آل محمد و اجل فرج آل محمد ذکر پاک دی قبولیت واسطے باواز بلند صلوات سر حضرات بانی مجلس سید تصور عباس اور انہاں دے جتنے تامن کرن والے تمام دی پرخلوص پھوڑی دی قبولیت واسطے اچھی صلوات اعوذ باللہ من الشیطان اللین الرجیم بسم اللہ الرحمن الرحیم بلن سلمات الحمدللہ والذی خلقنا فی امت اللذی فَأَزَارُ رُتْبَهُ إِلَىٰ كَعْبَ قَوْسَيْنِ اُچھی صلوات وَأَكْرَمَنَا بِوِلَایَتِ وَصِیِّ الَّذِی رُدَّتْ لَهُ الشَّمْسُ مَرَّتَيْنِ نَارَ حَیْدَرِیَّ وشرفنا بحب السيدة أم السبتين التي فضلت على نساء العالمين اکھی بند کر کے صلوات وجعلنا من الباقين على مصائب الحسن والحسين وتسعة من ذرية الحسين مظلوم حسين بوطن حسين مسافر حسين لراسي حسين غريب حسين او حسین جے کو قاتل آدا ایڈا زخمی آئے تیتھے کافی آئی تیہی کاڑیں دا ضرب چلائے میں تیرا ضرباتا ڈتیاں بہرا سی دھی زہرا بسم اللہ مولا توڑے اس موسم اچھ اس محول اچھ آنسو مولا قبول و منظور فرمائے میں تیرا ضرباتا ڈتیاں بہرا سیدھی زہا نہیں قدم خیام تو بہری آیا بھاویں ٹر گئے پتر پتر بھی رائے تم بھی ساب رہے پر من گیا تے تو وعد گئی آن دیما واہ سید زادہ کیا بات ہے توڑی سنن دی بھائی کیا بات ہے
ਨਹੀਂ ਕਦਮ ਖਿਆਮ ਤੂੰ ਬਹਿਰੀ ਆਇਆ ਭਾਵੇਂ ਟੁਰ ਗਏ ਪੁੱਤਰ ਪੁੱਤਰ ਬਿਰਾਏ ਤੂੰ ਬਿਸਾਬ ਰਹੇ ਪਰ ਮਨ ਗਿਆ ਤੈਥੋਂ ਵੱਧ ਗਈ ਆਉਣ ਦੀ ਮੈਂ ਨੌਕਰਾਂ ਬਾਬਾ ਮੈਂ ਲੱਖ ਵਾਰੀ ਪੜ੍ਹਾਂ ਉਹਦੇ ਲਫ਼ਜ਼ ਜਿਹਨੂੰ ਸਮਝ ਆ ਜਾਵੇ ਜ਼ਾਲਿਮ ਪਿਆ ਦੇ ਤਈ ਕਦਮ ਖਿਆਮ ਤੂੰ ਬਹਿਰੀ ਆਇਆ ਭਾਵੇਂ ਟੁਰ ਗਏ ਪੁੱਤਰ ਮੌਲਾ ਤੁਹਾਡੇ ਆਸੂ ਕਬੂਲ ਫਰਮਾਏ ਸ਼ਾਲਾ ਕਹੀਂ ਗਮ ਵਿੱਚ ਨਾ ਰਹੋ ਪੁੱਤਰ ਬਿਰਾਏ ਤੂੰ ਬਿਸਾਬ ਰਹੇ ਪਰ ਮਨ ਗਿਆ ਤੈਥੋਂ ਵੱਧ ਗਈ ਆਉਣ ਦੀ ਆ ਮੇਰਾ ਬਾਹਰਵਾਂ ਮੌਲਾ ਇਹਨਾਂ ਦਾ ਪੁਰਸਾ ਕਬੂਲ ਫਰਮਾ ਮੌਲਾ ਇਸ ਫੂੜੀ ਨੂੰ ਰੰਗ ਲਾ ਨਹੀਂ ਕਦਮ ਖਿਆਮ ਤੂੰ ਬਹਿਰੀ ਆਇਆ ਭਾਵੇਂ ਟੁਰ ਗਏ ਪੁੱਤਰ ਬੁੱਧਾਰ ਬਿਰਾਏ ਤੂੰ ਬਿਸਾਬ ਰਹੇ ਪਰ ਮਨ ਗਿਆ ਤੈਥੋਂ ਵੱਧ ਗਈ ਆਉਣ ਦੀ ਮਾਂ ਇਹ ਗੱਲ ਕਹਿ ਕੀਤੀ ਕਾਤਿਲ ਜਿਹੜੇ ਰੋਂਦੇ ਬੈਠੇ ਹੋ ਮੈਂ ਤਾਂ ਤੁਹਾਨੂੰ ਇਹੀ ਨਹੀਂ ਆਖਿਆ ਜੋ ਤੁਸੀਂ ਅੱਗਾਂ ਵੰਜੋ ਇਕੱਠੇ ਹੋ ਵੰਜੋ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਠੀਕ ਬੈਠੇ ਹੋ ਇਹ ਗੱਲ ਕਹਿ ਕੀਤੀ ਸ਼ਾਹ ਜੀ ਇਹ ਗੱਲ ਕਹਿ ਕੀਤੀ ਨਹੀਂ ਕਦਮ ਖਿਆਮ ਤੂੰ ਬਹਿਰੀ ਆਇਆ ਭਾਵੇਂ ਟੁਰ ਗਏ ਪੁੱਤਰ ਵਾਹ ਬਾਈ ਵਾਹ ਪੁੱਤਰ ਬਿਰਾਏ ਤੂੰ ਬਿਸਾਬ ਰਹੇ ਪਰ ਮਨ ਗਿਆ ਤੈਥੋਂ ਵੱਧ ਗਈ ਆ ਕਿਆ ਬਾਤ ਹੈ ਬਾਈ ਤੁਹਾਡੇ ਸੁਣਨ ਦੀ ਇਹ ਗੱਲ ਕਹਿ ਕੀਤੀ ਕਾਤਿਲ ਅਗਰ ਆਖੋ ਤਾਂ ਇੱਕ ਗੱਲ ਮਕਤੂਲ ਹੀ ਕੀਤੀ ਉਹ ਵੀ ਸੁਣਵਾ ਛੁਣ ਨਾ ਵੀ ਜ਼ਰਬ ਤੇ ਆ ਕੇ ਸ਼ਿਮਰ ਦਾ ਹੱਥ ਰੁਕੇ ਮੇਰੇ ਇਮਾਮ ਨੇ ਸਰ ਫੇਰਿਆ ਸ਼ਿਮਰ ਸਮਝੇ ਜੀ ਹੁਸੈਨ ਬਦਦੁਆ ਪਿਆ ਕਰਦੇ ਇਹ ਕਮੀ ਨਾ ਦੇ ਜਿਹੜਾ ਮੈਂ ਕੰਨ ਲਾਇਆ ਤੇ ਗਰੀਬ ਦਾ ਵੇਣ ਪਿਆਂਦਾ ਕਰ ਕਤਲ ਨਾ ਸਾਹਮਣੇ ਮੇਰੀਆਂ ਭੇਣੀ ਖੜੀਆਂ ਤੇ ਕੰਡ ਕਰਕੇ ਖੰਜਰ ਚਲਾਏ ਮੇਰੀ ਚੌਂ ਸਾਲਾਂ ਦੀ ਧੀ ਆ ਗਈ ਏ ਨਾ ਹੱਥ ਜ਼ੁਲਫਾਂ ਕਿਆ ਬਾਤ ਹੈ ਬਾਈ ਮੈਂ ਨੌਕਰਾਂ ਬਾਬਾ ਮੇਰੀ ਚੌਂ ਸਾਲਾਂ ਦੀ ਧੀ ਆ ਗਈ ਏ ਨਾ ਹੱਥ ਜ਼ੁਲਫਾਂ ਅਗਲੀ ਗੱਲ ਨਿਆਜ਼ ਹੁਸੈਨ ਸਾਉ ਜ਼ਰਬ ਚਲਾ ਮੈਂ ਉਫ ਨਹੀਂ ਕਰਨੀ ਉਹ ਦਰਦ ਗਿਆ ਹੈ ਮਖਾਏ ਮੈਂ ਕੇ ਕਰਨਾ ਇਸ ਦੁਨੀਆ ਤੇ ਜਿੱਥੇ ਨਹੀਂ ਅੱਬਾਸ ਬਿਰਾ ਇੱਕ ਗੱਲ ਕੀਤੀ ਕਾਤਿਲ ਇੱਕ ਗੱਲ ਕੀਤੀ ਹੈ ਮਕਤੂਲ ਇੱਕ ਗੱਲ ਭੇਣ ਕੀਤੀ ਆਖੋ ਤਾਂ ਉਹ ਵੀ ਸੁਣਵਾ ਛੋੜਾ ਸੱਤਰ ਕਦਮਾਂ ਦੀ ਵੇ ਤੂੰ ਕੁਸਦਾ ਡੇਹਦੀ ਖੜੀ ਸ਼ਾਲਾ ਤੁਹਾਨੂੰ ਮੌਲਾ ਉਹ ਜਹਾ ਵੰਜ ਵਿਖਾਵੇ
ਉਹ ਤਾਂ ਹੀ ਕਿਸੇ ਮੋਮਿਨ ਨੂੰ ਮੌਤ ਨਾ ਆਵੇ ਜੇ ਤਾਂ ਹੀ ਕਰਬਲਾ ਅਤੇ ਸ਼ਾਮ ਦੀ ਜ਼ਵਾਰੀ ਨਾ ਕਰੇ। ਸ਼ਾਹ ਜੀ ਭੈਣ ਖੜੀ ਏ ਬਿਰਾ ਦੋ ਕਾਤਲਾਂ ਦਾ ਮੁਖਾਤਬ ਹੋ ਕੇ ਆਦੀ ਏ ਮੇਰੇ ਮੁੱਕੇ ਹੋਏ ਵੀਰ ਨੂੰ ਕੁਛ ਨਾ ਹਿਵੇ ਲਹਜ਼ੇ ਦਾ ਕਿਆ ਬਾਤ। ਮੈਂ ਨਾ ਕਰਾਂ ਬਾਬਾ ਮੈਂ ਲੱਖ ਵਾਰੀ ਪੜਾਂ ਮੈਂ ਨਾ ਕਰਾਂ ਭੈਣ ਭਰਾ ਦੇ ਕਾਤਲਾਂ ਤੋਂ ਮੁਖਾਤਬ ਹੋ ਕੇ ਆਦੀ ਏ ਮੇਰੇ ਜ਼ਖਮੀ ਵੀਰ ਨੂੰ ਕੁਛ ਨਾ ਮੌਲਾ ਪੁਰਸ਼ਾ ਕਬੂਲ ਫਰਮਾ। ਨਿਆਜ ਹੁਸੈਨ ਅਗਲੀ ਗੱਲ ਮਾੜੇ ਥੱਕੇ ਹੋਏ ਵੀਰ ਨੂੰ ਕੁਛ ਨਾ ਕੋਈ ਵੇਲਾ ਕਿਉਂ ਮਾਤਮ ਕਰਕੇ ਆਦੀ ਆਪ ਮਰਵੇ ਨਹੀਂ ਬਚ ਸਕਦਾ ਟੁਰ ਗਏ ਸਪੁੱਤਰ ਪੁੱਤਰ ਜਵਾਨ ਹਰ ਕੋਈ ਹਦੇ ਤੂੰ ਕੌਣ ਏ ਮਾਤਮ ਕਰਕੇ ਆਦੀ ਏ ਮੈਂ ਭੈਣ ਇਸ ਅੱਲਾ ਰਾਸ ਸ਼ਾਹੀ ਖੜੀਆਂ ਪਾਕ ਪਾਕ